ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਜਿੱਥੇ ਵਡਾਲੇ ਬਾਪੂ ਗੁਰਦੀਪ ਸਿੰਘ ਦਾ ਭੋਗ ਆ, ਉੱਥੇ ਸੰਗਤਾਂ ਬਹੁਤ ਜ਼ਿਆਦਾ ਜੁੜੀਆਂ ਨੇ, ਔਰ ਅਸੀਂ ਇਹਨਾਂ ਸੰਗਤਾਂ ਦੇ ਨਾਲ ਹੀ ਗੱਲਬਾਤ ਕਰਕੇ ਵੇਖਦੇ ਹਾਂ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣਾ ਵੇਰਵਾ ਦਿਓ ਜਰਾ। ਮੈਂ ਬਚਿੱਤਰ ਸਿੰਘ ਮੱਤੇਆਲ, ਹਾਂਜੀ, ਮਜੀਠੇ ਹਲਕੇ ਤੋਂ ਆ ਜੀ। ਹਾਂਜੀ, ਕਿਸ ਤਰ੍ਹਾਂ ਇੱਥੇ ਆਉਣਾ ਹੈ ਤੁਹਾਡਾ? ਸਾਡਾ ਸਰਪੰਚ ਸਾਹਿਬ ਸਰਦਾਰ ਬਾਬਾ ਗੁਰਦੀਪ ਸਿੰਘ ਜੀ ਸਾਡਾ ਭਰਾ ਵੀ ਸੀ। ਅਸੀਂ ਕਾਫੀ ਚਿਰ ਸਰਦਾਰ ਪ੍ਰਕਾਸ਼ ਸਿੰਘ ਮਜੀਠੇ ਦੇ ਵੇਲੇ ਤੋਂ ਹੀ ਅਸੀਂ ਅਕਾਲੀ ਦਲ ਨਾਲ ਇਕੱਠੇ ਸਾਡੇ ਪਰਿਵਾਰਕ ਸੰਬੰਧ ਰਹੇ ਆ ਜੀ। ਅਤੇ ਉਹਨਾਂ ਦੇ ਉੱਤੇ ਜੋ ਕੁਝ ਲੋਕਾਂ ਨੇ ਗੋਲੀਆਂ ਚਲਾ ਕੇ ਉਹਦੀ ਮੌਤ ਕਰਤੀ, ਉਹਦੇ ਭੋਗ ਦੇ ਉੱਤੇ ਆਏ ਹਾਂ। ਭੋਗ 'ਤੇ ਆਏ ਜੀ। ਤੁਹਾਡਾ ਇਹ ਕਿੰਨਾ ਕੁ ਫਰਕ ਹੈ ਪਿੰਡਾਂ ਦਾ, ਤੁਹਾਡੇ ਪਿੰਡ ਦਾ ਅਤੇ ਇਸ ਪਿੰਡ ਦਾ? ਥੋੜ੍ਹਾ ਹੀ ਫਰਕ ਆ ਜੀ, ਵੀ ਆਪਣਾ 15 ਕਿਲੋਮੀਟਰ। 15-20 ਕਿਲੋਮੀਟਰ ਲੱਗਿਆ ਜੀ। ਕਿਲੋਮੀਟਰ ਦਾ ਫਰਕ ਹੈ ਜੀ। ਜਿਸ ਤਰ੍ਹਾਂ ਕਤਲ ਪੰਜਾਬ 'ਚ ਹੋਰ ਵੀ ਬੜੇ ਹੋਏ ਹੁੰਦੇ ਆ, ਪਰ ਉਹਨਾਂ ਉੱਥੇ ਇਕੱਠ ਹੋਣ ਨੂੰ ਨਹੀਂ ਵੇਖਣ ਮਿਲਦਾ। ਆਹ ਮਤਲਬ ਜਿਸ ਤਰ੍ਹਾਂ ਗੁਰੂ ਮਹਾਰਾਜ ਚੱਲ ਰਿਹਾ, ਭੋਗ ਚੱਲ ਰਿਹਾ ਆ, ਇੱਕ ਰੈਲੀ ਦਾ ਰੂਪ ਦਿੱਤਾ ਗਿਆ, ਇਸਦਾ ਕੀ ਕਾਰਨ ਆ? ਇਸ ਦਾ ਲੋਕਾਂ ਦੇ ਵਿੱਚ ਉਹ ਬਾਬਾ ਗੁਰਦੀਪ ਸਿੰਘ ਦਾ ਪਿਆਰ, ਇੱਕ ਅੱਤ ਖੁਦਾ ਦਾ ਜਿਹੜਾ ਵਹਿਰ ਆ, ਉਹਦਾ ਕਰਕੇ ਲੋਕ ਇਸ ਚੀਜ਼ ਦੇ ਉੱਤੇ ਰੋਸ ਦੇ ਵਿੱਚ ਵੀ ਲੋਕ ਆਏ ਆ ਕਿ ਜਿੱਥੇ ਜਿੱਥੇ ਵੀ ਅਕਾਲੀ ਦਲ ਦੇ ਬੰਦਿਆਂ ਦੇ ਨਾਲ ਹੀ ਇਸ ਤਰ੍ਹਾਂ ਹੋ ਰਿਹਾ ਵਾ। ਜੋ ਕਿ ਅਕਾਲੀ ਦਲ ਸਰਦਾਰ ਬਿਕਰਮਜੀਤ ਸਿੰਘ ਮਜੀਠਾ ਜੀ ਦੀ ਚੜ੍ਹਤ ਵੇਖ ਕੇ ਉਹਦੇ ਨਾਲ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹ ਗੈਂਗਸਟਰਾਂ ਰਾਹੀਂ ਜਾਂ ਮਤਲਬ ਉਸ ਤਰ੍ਹਾਂ ਦਬਾ ਰਹੇ ਆ। ਤੁਸੀਂ ਇਸ ਬਾਬੂ ਜੀ ਨੂੰ ਮਜੀਠਾ ਸਾਹਿਬ ਨਾਲ ਜੋੜ ਰਹੇ ਜੇ? ਹਾਂਜੀ ਹਾਂਜੀ, ਅਕਾਲੀ ਦਲ ਦਾ ਥੰਮ ਸੀ ਜੀ, ਅਕਾਲੀ ਦਲ ਕਰਕੇ ਜੋੜ ਰਹੇ। ਹਾਂਜੀ ਹਾਂਜੀ, ਅਕਾਲੀ ਦਲ ਕਰਕੇ। ਹੋਰ ਵੀ ਮੈਂ ਕਿਹਾ ਹੋਰ ਕਦੀ ਭੋਗ ਇੰਨਾ ਨਹੀਂ ਉੱਥੇ ਰਸ਼ ਹੁੰਦਾ, ਉਹਦਾ ਕਾਰਨ? ਉਹਦਾ ਕਾਰਨ ਇਹ ਆ ਜੀ, ਜਦੋਂ ਕਿਸ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਵਾ ਜੀ, ਅਤੇ ਧੱਕਾ ਹੁੰਦਾ ਵਾ ਅਤੇ ਫਿਰ ਲੋਕ ਜਿਹੜੇ ਆ, ਜਿਹੜੇ ਪੰਥਕ ਹਮਦਰਦੀ ਹੁੰਦੇ ਆ ਲੋਕ, ਉਹ ਫਿਰ ਵਤੀਰਾ ਘੱਤ ਕੇ ਇਹੋ ਜਿਹੇ ਇਕੱਠਦੇ ਆਉਂਦੇ ਆ ਜੀ। ਜਿਹੜਾ ਦੋਸ਼ ਆਏਗਾ ਚੱਲੇ ਵੀ ਕਾਂਗਰਸੀ ਕਰਵਾ ਰਹੇ ਆ, ਕੀ ਇਹਨਾਂ ਗੱਲ ਨਾਲ ਤੁਸੀਂ ਸਹਿਮਤ ਜੇ? ਬਿਲਕੁਲ ਉਹ ਠੀਕ ਹੈ ਜੀ, ਕਾਂਗਰਸ ਵਾਲਿਆਂ ਦੀ ਨੀਤੀ ਇਹ ਆ ਵੀ ਜਿਹੜੇ ਬੰਦੇ ਇਹਨਾਂ ਕੋਲ ਉੱਦਾਂ ਨਹੀਂ ਮੰਨਦੇ, ਪਰਚਿਆਂ ਦੇ ਉੱਤੇ ਨਹੀਂ ਮੰਨਦੇ, ਉਹਨਾਂ ਨੂੰ ਮਰਵਾ ਕੇ ਮਾਰ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਥੱਲੇ ਲਾਉਣਾ ਚਾਹੁੰਦੇ ਆ। ਜਿਹੜਾ 2015 ਜਾਂ ਇਸ ਤੋਂ ਪਹਿਲਾਂ ਅਕਾਲੀਆਂ ਸਰਕਾਰ ਸੀ, ਉਦੋਂ ਵੀ ਬੜੇ ਕਤਲ ਹੋਏ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਉਦੋਂ ਕੋਈ ਰੰਜਿਸ਼ਾਂ ਹੁੰਦੀਆਂ ਸੀ ਪੁਰਾਣੀਆਂ ਜ਼ਿਮੀਂਦਾਰਾਂ ਦੀਆਂ ਵੱਟਾਂ ਬੰਨਿਆਂ ਦੇ ਲੜਾਈ ਝਗੜੇ, ਪਰ ਇਸ ਤਰ੍ਹਾਂ ਦਾ ਕਤਲ ਕੋਈ ਨਹੀਂ ਹੋਇਆ ਪੰਜਾਬ ਦੇ ਵਿੱਚ ਜਿੱਦਾਂ ਦਾ ਸਰਦਾਰ ਗੁਰਦੀਪ ਸਿੰਘ ਦਾ ਕਤਲ ਹੋਇਆ। ਜਿੰਨੇ ਵੀਰ ਤੁਸੀਂ ਇਸ ਭੋਗ 'ਤੇ ਆਏ ਜੇ ਸਾਰੇ ਇਕੱਠੇ ਹੋ ਕੇ, ਬਹਿਬਲ ਕਲਾਂ ਵੀ 2 ਕਤਲ ਹੋਏ ਸੀ, ਉਸ ਤੋਂ ਇਲਾਵਾ ਵਿਆਨਾ ਦੇ ਵਿੱਚ ਇਹ ਕਤਲ ਬਾਪੂ ਜਰਨੈਲ ਸਿੰਘ ਦਾ ਹੋਇਆ, ਇੱਕ ਦਰਸ਼ਨ ਸਿੰਘ ਦਾ ਵੀ ਕਤਲ ਹੋਇਆ ਸੀ, ਉਹ ਭੋਗ 'ਤੇ ਵੀ ਗਏ ਕਿ ਨਹੀਂ? ਗਏ ਹਾਂ ਜੀ। ਪੱਕੇ ਗਏ ਸੀ? ਗਏ ਹਾਂ ਜੀ। ਮੈਂ ਵੇਖਿਆ ਨਹੀਂ ਤੁਹਾਨੂੰ ਉੱਤੇ। ਨਹੀਂ ਗਏ ਹਾਂ ਜੀ। ਉਹਨਾਂ ਬਾਰੇ ਕੀ ਤੁਸੀਂ ਕਹਿੰਦੇ, ਉਦੋਂ ਕਿਉਂ ਨਹੀਂ ਇਹਨਾਂ ਸਰਕਾਰਾਂ ਨੇ ਆਪ ਇੰਨਾ ਹਿਰ ਕੀਤਾ? ਕੀਤਾ ਵਾ ਜੀ, ਉਹ ਵਕਤ ਵਧੀਆ ਵੀ ਸਰਕਾਰ ਸਰਦਾਰਾਂ ਅਕਾਲੀ ਦਲ ਦੀ ਸੀ, ਉਹਨਾਂ ਨੇ ਵੀ ਕੀਤਾ ਵਾ, ਜਿੱਦ ਤੱਕ ਮਤਲਬ ਵੀ ਦੋਸ਼ੀ ਫੜੇ ਗਏ ਆ ਤਾਂ ਫੇਰ ਹੀ ਆ। ਬਹਿਬਲ ਕਲਾਂ ਭੋਗ 'ਚ ਕੋਈ ਨਹੀਂ ਪਹੁੰਚਿਆ ਨਾ ਕਿਤੇ, ਜੇ ਆਖੋ ਜੇ ਦਰਸ਼ਨ ਸਿੰਘ ਬਾਪੂ ਨਾਲ ਜਰਨੈਲ ਸਿੰਘ ਦਾ, ਸਲਾਬਤਪੁਰੇ ਵੀ 2 ਕਤਲ ਸੀ, ਇਹਨਾਂ ਭੋਗਾਂ 'ਚ ਕੋਈ ਨਹੀਂ ਮਿਲ ਅਕਾਲੀ ਗਿਆ। ਵੇਖੋ ਜੀ, ਅਕਾਲੀ ਕੋਈ ਮਤਲਬ ਇਹ ਨਹੀਂ ਵੀ ਉਹ ਲੀਡਰ ਨਹੀਂ ਪਹੁੰਚੇ, ਅਸੀਂ ਤਾਂ ਲੋਕ ਪਹੁੰਚੇ ਸੀ ਨਾ, ਸਾਨੂੰ ਪੰਥਕ ਹਮਦਰਦੀ ਆ। ਲੀਡਰ ਉਹਨਾਂ ਦਾ ਲੀਡਰ ਦਾ ਜ਼ਿਕਰ ਕਰ ਰਹੇ, ਮੈਂ ਤਾਂ ਗੱਲ ਕਰ ਰਿਹਾ ਜੀ। ਨਹੀਂ, ਸਾਡੇ ਲੀਡਰ ਦੀ ਚੜ੍ਹਤ ਵੇਖ ਕੇ ਵੀ ਇਹ ਕਤਲ ਹੋਇਆ ਜੀ, ਤੁਸੀਂ ਇਸ ਕਤਲ ਬਾਰੇ ਪੁੱਛ ਰਹੇ ਜੀ? ਬਾਪੂ ਜੀ ਦੇ ਇਸ ਕਤਲ 'ਤੇ ਤੁਸੀਂ ਕੀ ਕਹਿਣਾ ਚਾਹੋਗੇ,
ਕਿਸੇ ਨੂੰ ਦੋਸ਼ ਦਿੰਦੇ ਤੁਸੀਂ? ਅਸੀਂ ਕਾਂਗਰਸ ਨੂੰ ਦੋਸ਼ ਦਿੰਦੇ ਹਾਂ ਜੀ ਪੱਕਾ। ਕਾਂਗਰਸ ਨੂੰ ਦੋਸ਼ ਦਿੰਦੇ ਕਿ ਜਾਂ ਕਿਸੇ ਕਾਤਲ ਨੂੰ ਦੋਸ਼ ਦਿੰਦੇ ਵੀ ਕਾਤਲ ਇਹਨੇ ਕੀਤਾ ਆ? ਇਹ ਕਾਤਲ ਜਿਹੜੇ ਆ ਕਾਂਗਰਸ ਦੇ ਸਾਰੇ ਦੇ ਹੀ ਕਰਦੇ, ਉਦਾਂ ਕਾਤਲਾਂ ਦੀ ਕੀ ਜ਼ਰੂਰਤ ਆ ਕਿਸੇ ਨੂੰ ਮਾਰ ਦੇਣਾ? ਕਾਂਗਰਸ ਦਾ ਕੋਈ ਇਲਾਕੇ ਦਾ ਹੈ ਲੀਡਰ ਜਿਹਦਾ ਨਾਮ ਹੈਗਾ ਵਾ? ਸੁਖਵਿੰਦਰ ਸਿੰਘ ਲਾਲੀ ਆ ਸਰਦਾਰ, ਇੱਕ ਸੁਖਵਿੰਦਰ ਸਿੰਘ ਲਾਲੀ ਅਤੇ ਦੂਜਾ ਹੈਗਾ ਵਾ ਸੱਚਰ ਜੀ ਅਤੇ ਕੱਥੂ ਨੰਗਲ ਜੀ, ਇਹ ਸਾਰੇ ਨਾਲ ਨੇ ਇਸ ਕਾਤਲ। ਹਾਂਜੀ ਹਾਂਜੀ, ਜੇ ਉਹ ਸ਼ਾਮਲ ਨਹੀਂ ਤਾਂ ਇਹਨਾਂ ਨੇ ਕਾਤਲਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਵਾ ਰਹੇ? ਉਹਨਾਂ ਦਾ ਫਰਜ਼ ਹੈ ਇੱਥੇ ਆਉਣ ਦਾ, ਕਿਉਂਕਿ ਸਰਦਾਰ ਗੁਰਦੀਪ ਸਿੰਘ ਕਿਹੜਾ ਬਾਹਰ ਦਾ ਸੀ, ਜਿਹੜਾ ਹਲਕੇ ਦਾ ਲੀਡਰ ਹੁੰਦਾ ਵਾ ਉਹਦੀ ਇਹ ਪਬਲਿਕ ਹੁੰਦੀ ਆ, ਵੋਟਾਂ ਦੇ ਪੈਂਦੀਆਂ ਆਉਂਦੀਆਂ ਰਹਿੰਦੀਆਂ ਵਾ। ਬਹੁਤ ਬਹੁਤ ਮਿਹਰਬਾਨੀ ਜੀ। ਠੀਕ ਆ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।